ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਸ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਦਿਲਰਾਜਪੁਰ ਭਾਈ ਪੰਜਾਬੀ ਮੀਨੀਆ ਤੇ ਆਇਓ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰੇ, ਤੁਸੀਂ ਪਹੁੰਚੇ। ਬਾਈ ਜੀ, ਗਾਣਾ ਆ ਰਿਹਾ ਤੁਹਾਡਾ ਗੁੱਚੀ ਗਾਚੀ। ਹਾਂਜੀ, ਕਿਹੋ ਜਿਹਾ ਗਾਣਾ ਹੋਏਗਾ ਭਾਈ? ਗੁੱਚੀ ਗਾਚੀ ਵੀਰੇ ਗਾਣਾ ਵਰਗਾ ਗਾਣਾ। ਹਾਂਜੀ, ਅਤੇ ਵੈਸੇ ਟਰਾਈ ਕੀਤਾ ਵੀਰੇ ਅਸੀਂ ਥੋੜ੍ਹਾ ਡਿਫਰੈਂਟ ਚੱਲਣ ਦੀ, ਕਿਉਂਕਿ ਸਾਰੇ ਬ੍ਰੈਂਡ ਨੂੰ ਜਾਂ ਸਾਰੇ ਇਹ ਗੱਲ ਕਹਿੰਦੇ ਆ ਕਿ ਆਹ ਪਾਉਣਾ ਉਹ ਪਾਉਣਾ ਗੁੱਚੀ ਪਾਉਣਾ, ਪਰ ਅਸੀਂ ਕਿਹਾ ਵੀ ਗੁੱਚੀ ਗਾਚੀ ਛੱਡ ਕੁਛ ਨਹੀਂ। ਤੁਹਾਨੂੰ ਕਿੰਨਾ ਕੁ ਸ਼ੌਂਕ ਹੈ ਭਾਅ ਜੀ ਬ੍ਰੈਂਡ ਪਾਉਣ ਦਾ? ਮੈਨੂੰ ਹੈਗਾ ਸ਼ੌਂਕ, ਤਾਂ ਕਾਫੀ ਸ਼ੌਂਕ ਆ, ਪਰ ਮੈਨੂੰ ਇੰਨਾ ਕੁ ਸ਼ੌਂਕ ਆ ਵੀਰੇ ਕਿ ਜਿੰਨੇ ਕੁ ਮੈਂ ਲੈ ਸਕਾਂ। ਅੱਛਾ, ਉਨਾ ਕੁ ਸ਼ੌਂਕ ਮੈਨੂੰ ਹੈਗਾ। ਭਾਅ ਜੀ, ਜਿਹੜੇ ਜਦੋਂ ਗਾਣ ਦੀ ਆਪਾਂ ਗੱਲ ਕਰਦੇ ਹਾਂ, ਕਦੋਂ ਗਾਣਾ ਤੁਹਾਡਾ ਸ਼ੁਰੂ ਹੋਇਆ, ਇਹ ਗਾਇਕੀ ਦੀ ਸਫ਼ਰ ਦੀ ਸ਼ੁਰੂਆਤ ਜਾਂ ਚੇਟਕ ਕਿੱਥੋਂ ਲੱਗੀ ਭਾਈ ਤੁਹਾਨੂੰ? ਗਾਇਕੀ ਵੀਰੇ ਮੈਨੂੰ ਇੱਦਾਂ ਕਹਿ ਲਓ ਵੀ ਛੋਟੇ ਹੁੰਦੇ ਮੈਂ ਗਾਉਂਦਾ ਜ਼ਰੂਰ ਰਹਿੰਦਾ ਸੀ, ਪਰ ਕਦੇ ਵੀ ਮੈਨੂੰ ਇੱਦਾਂ ਨਹੀਂ ਸੀਗਾ ਕਿ ਮੈਂ ਆਪਦਾ ਗਾਣਾ ਕਰੂੰਗਾ ਜਾਂ ਮੈਂ ਕੱਲ੍ਹ ਨੂੰ ਇਸ ਚੀਜ਼ ਨੂੰ ਆਪਦੀ ਲਾਈਨ ਬਣਾ ਲੂੰਗਾ ਜਾਂ ਕਿੱਦਾਂ। ਇਹ ਮੈਨੂੰ ਐਮੀ ਬਾਈ ਤੋਂ ਆਇਆ, ਕਿਉਂਕਿ ਮੈਂ ਅਤੇ ਵੀਰਾ 8-10 ਸਾਲ ਤੋਂ ਇਕੱਠੇ ਹਾਂ ਪਿਛਲੇ, ਅਤੇ ਉਹਨੂੰ ਦੇਖ ਦੇਖ ਕੇ ਮੈਨੂੰ ਐਂ ਹੋ ਗਿਆ ਸੀਗਾ ਕਿ ਹਾਂ ਵੀ ਆਪਾਂ ਗਾਣਾ ਕਰਦੇ ਹਾਂ, ਤਾਂ ਉਹਦੀ ਸਪੋਰਟ ਨਾਲ ਮੈਂ ਪਹਿਲਾ ਗਾਣਾ ਕੀਤਾ ਸੀ। ਅੱਛਾ, ਅਤੇ ਜਦੋਂ ਤੁਸੀਂ ਐਮੀ ਬਾਈ ਨੂੰ ਮਿਲੇ ਸੀਗੇ, ਕਿੱਥੇ ਮਿਲੇ ਸੀਗੇ, ਕਿਹੜਾ ਕਿਹੜਾ ਸਾਲ ਸੀਗਾ, ਉਹ ਕੁਛ ਯਾਦ ਹੈ ਭਾਅ ਜੀ ਉਹਦੇ ਬਾਰੇ ਤੁਹਾਨੂੰ? ਸਾਲ ਬਾਈ ਐਂ ਲਾ ਲਓ ਵੀ 9-9 ਚ ਮਿਲੇ ਹੋਣਗੇ ਮੈਨੂੰ ਲੱਗਦਾ, ਜਾਂ 10 ਚ। ਦੱਸ, ਹਾਂ 8-10 ਸਾਲ ਉਹੀ ਹੋ ਗਏ ਪਿੱਛੇ। ਅਸੀਂ ਵੀਰੇ ਮੋਤੀ ਕਾਲਜ ਮਿਲੇ ਸੀਗੇ ਪਟਿਆਲੇ, ਅਤੇ ਮੈਂ ਉੱਥੇ ਪੜ੍ਹਦਾ ਸੀਗਾ, ਅਤੇ ਵੀਰਾ ਇੱਥੋਂ ਸਟੱਡੀ ਪੂਰੀ ਕਰਕੇ ਗਿਆ ਸੀਗਾ, ਉਹਨੇ ਉੱਥੇ MSc 'ਚ ਐਡਮਿਸ਼ਨ ਲਿਆ ਸੀਗਾ, ਉਦੋਂ ਅਸੀਂ ਉੱਥੇ ਮਿਲੇ ਸੀਗੇ ਜਦੋਂ ਵੀਰੇ ਨੇ, ਉਦੋਂ ਬਾਅਦ ਗਾਣਾ ਕੀਤਾ ਸੀਗਾ ਵੀਰੇ ਨੇ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ ਹੱਥ ਨੇ ਗਿਆ। ਭਾਅ ਜੀ, ਜਦੋਂ ਹੁਣ ਤੁਹਾਡਾ ਗਾਣਾ ਆ ਰਿਹਾ, ਅਤੇ ਇਹ ਤਾਂ ਵੈਸੇ ਨੋਰਮਲ ਜਿਹਾ ਸਵਾਲ ਹੈ ਵੀ ਕਿਹੋ ਜਿਹਾ ਫੀਲ ਹੁੰਦਾ ਜਦੋਂ ਹਰ ਗਾਣਾ ਆਉਂਦਾ, ਬੰਦੇ ਨੂੰ ਕਿਹੋ ਜਿਹਾ ਲੱਗਦਾ, ਤੁਹਾਨੂੰ ਇਸ ਵੇਲੇ ਕਿਹੋ ਜਿਹਾ ਫੀਲ ਹੋ ਰਿਹਾ? ਮੇਰੀ ਅਜੇ ਵੀਰੇ ਸ਼ੁਰੂਆਤ ਜੀ ਆ, ਮੈਨੂੰ ਤਾਂ ਬੜਾ ਵਧੀਆ ਫੀਲ ਹੁੰਦਾ। ਅੱਛਾ ਜੀ, ਮੈਨੂੰ ਐਂ ਲੱਗਦਾ ਹੁੰਦਾ ਵੀ ਯਾਰ ਬਸ ਹੁਣ ਠੀਕ ਆ, ਓਕੇ ਆ ਕੰਮ। ਦੇ ਦੋ ਹੋ ਜਾਏ, ਕੰਤਰਾ ਹੋ ਜਾਏ। ਹਾਂਜੀ ਹਾਂਜੀ ਜ਼ਰੂਰ ਜੀ। ਕਹਿੰਦਾ ਉਹ ਲਾਈਫ ਟਾਈਮ ਚੱਲ ਦੀ ਗਰੰਟੀ ਦੇਵਾਂਗੇ, ਉਹ ਰਾਖੀ ਕਰਨਗੇ ਸਾਡੇ ਹਥਿਆਰ ਨਹੀਂ, ਉਹ ਵੱਜ ਤਾਂ ਹੀ ਪੈਂਦੇ ਆਏ ਬੈਰ ਜੱਟ ਦੇ, ਨਹੀਂ ਹੋਇਆ ਪਹਿਲੀ ਵਾਰੀ ਮੁੰਡੇ ਨੂੰ ਪਿਆਰ ਨਹੀਂ, ਉਹ ਜੈਨੂਅਨ ਬੰਦੇ ਸਾਡੇ ਕੰਮ ਭਾਵੇਂ ਗੰਦੇ, ਕਹਿਤੀ ਜਿਹੜੀ ਗੱਲ ਅਸੀਂ ਗੱਲ ਤੋਂ ਨਾ ਡੋਲਾਂਗੇ, ਉੱਚੀ ਗੱਚ ਉੱਚੀ ਗਾਚੀ ਛੱਡ ਤੈਨੂੰ ਗੋਲਡ ਨਾ ਤੋਲਾਂਗੇ, ਉੱਚੀ ਗਾਚੀ ਆਓ ਉੱਚੀ ਗਾਚੀ ਛੱਡ ਤੈਨੂੰ ਗੋਲਡ ਨਾ ਤੋਲਾਂਗੇ ਉੱਚੀ ਗਾਚੀ। ਥੈਂਕ ਯੂ, ਥੈਂਕ ਯੂ ਭਾਜੀ, ਬਹੁਤ ਸੋਹਣਾ ਗਾਇਆ। ਅਤੇ ਭਾਜੀ, ਇਹਦੇ ਜਿਹੜੇ ਲਿਰਿਕਸ ਨੇ ਇਹ ਕਿੰਨੇ ਲਿਖੇ ਨੇ? ਵੀਰੇ ਸ਼੍ਰੀ ਬਰਾੜ ਵੀਰੇ ਨੇ ਲਿਖਿਆ, ਵੀਰਾ ਗਾਉਂਦਾ ਵੀ ਆਪ ਵੈਸੇ, ਅਤੇ ਮਤਲਬ ਵਧੀਆ ਲਿਖਦਾ ਉਹ, ਤਾਂ ਮੈਨੂੰ ਮੈਂ ਉਹਨੂੰ 2-3 ਸਾਲ ਤੋਂ ਜਾਣਦਾ, ਪਰ ਗਾਣਾ ਨਹੀਂ ਸੀ ਕੀਤਾ ਪਹਿਲਾਂ ਕਦੇ ਵੀ। ਇਹ ਗਾਣਾ ਬੇਸਿਕਲੀ ਮੈਨੂੰ ਹਰਸਿਮਰਨ ਨੇ ਦਿੱਤਾ ਸੀਗਾ। ਅੱਛਾ, ਗਾਣਾ ਉਹਦੇ ਕੋਲ ਸੀਗਾ, ਉਹਨੇ ਮੈਨੂੰ ਗਾਣਾ ਦਿੱਤਾ ਸੀ, ਉਹਦਾ ਬਹੁਤ ਬਹੁਤ ਥੈਂਕ ਯੂ ਵੀਰੇ। ਤੁਹਾਡੇ ਨਾਲ ਇਸ ਗਾਣੇ ਨੂੰ ਗਾਇਆ ਅਫਸਾਨਾ ਖਾਨ ਨੇ ਜੀ, ਉਹਨਾਂ ਬਾਰੇ ਕੀ ਕਹੋਗੇ? ਕਿਉਂਕਿ ਅੱਜ ਕੱਲ੍ਹ ਜਿੱਦਾਂ ਗਾਣਿਆਂ ਦੀ ਨਾ ਇੱਕ ਉਮਰ ਹੁੰਦੀ ਆ, ਅੱਜ ਕੱਲ੍ਹ ਗਾਣਿਆਂ ਦੀ ਇੱਕ ਤਕਾਜ਼ਾ ਚੱਲ ਰਿਹਾ ਵੀ ਗਾਣੇ ਉਹਨਾਂ ਦੇ ਅਫਸਾਨਾ ਖਾਨ ਦੀ ਜਦੋਂ ਆਵਾਜ਼ ਜੁੜ ਜਾਂਦੀ ਹੈ ਨਾਲ, ਤਾਂ ਗਾਣੇ ਨੂੰ 4 ਚੰਨ ਲੱਗ ਜਾਂਦੇ ਨੇ। ਕੀ ਕਹਿਣਾ ਚਾਹੋਗੇ ਤੁਹਾਡੇ ਗਾਣੇ ਦੇ ਵਿੱਚ? ਸਹੀ ਗੱਲ ਵੀਰੇ, ਉਹਨੇ ਬਹੁਤ 4 ਚੰਨ ਲਾਇਆ ਅਫਸਾਨਾ ਜੀ ਨੇ, ਮੈਂ ਸੱਚੀ ਦੱਸਾਂ ਤਾਂ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ, ਅਤੇ ਪਰ ਜਿਵੇਂ ਇਹ ਗਾਣਾ ਗਵਾਉਣ ਬਈ ਹੋਈ ਗਏ ਸੀ, ਆਪਣਾ ਦੋਸਤ ਹੈ ਖੁੱਸਾ ਮੁੰਡਾ, ਮਿੱਤਰ ਹੀ ਹੈ ਕਿਤੇ ਖੁੱਸਾ, ਉਹਨਾਂ ਨੇ ਉਹਨਾਂ ਦੇ ਨੋਨ ਸੀਗੇ ਉਹ, ਅਤੇ ਉਹਨਾਂ ਨੇ ਗੱਲ ਕੀਤੀ ਸੀ ਉਹਨਾਂ ਨਾਲ, ਮੈਂ ਤਾਂ ਵੀਰੇ ਨਾਲ ਬਾਹਰ ਸੀਗਾ UK, ਅਤੇ ਉਸ ਤੋਂ ਬਾਅਦ ਉਹਨਾਂ ਨੇ ਪਿੱਛੋਂ ਹੀ ਗਵਾਇਆ ਸੀ, ਪਰ ਜਦੋਂ ਗਾਇਆ ਸੀ ਤਾਂ ਸੱਚੀ ਮੈਨੂੰ ਐਂ ਲੱਗਿਆ ਸੀਗਾ ਵੀ ਗਾਣਾ, ਚਲੋ ਮੈਨੂੰ ਤਾਂ ਨਹੀਂ ਗਾਉਣਾ ਆਉਂਦਾ, ਕਿਸੇ ਗਾਇਓ ਸਿੱਖੇ ਹੋਏ ਬੰਦੇ ਨੇ ਗਾਣ ਵਿੱਚ ਗਾਇਆ ਤਾਂ ਵਧੀਆ ਰਹੂਗਾ। ਅੱਛਾ ਭਾਅ ਜੀ, ਤੁਹਾਨੂੰ ਕੀ ਲੱਗਦਾ ਵੀ ਜਿਹੜਾ ਗਾਣਾ ਹੁੰਦਾ ਉਹ ਬੰਦੇ ਦੀ ਜ਼ਿੰਦਗੀ ਨਾਲ ਕਿੰਨਾ ਕੁ ਜੁੜਿਆ ਹੁੰਦਾ? ਇਹ ਤਾਂ ਵੀਰੇ ਗਾਣਿਆਂ ਦੇ ਕੁਛ ਕੁ ਗਾਣੇ ਬਹੁਤ ਜੁੜੇ ਹੁੰਦੇ ਆ ਜ਼ਿੰਦਗੀ ਨਾਲ, ਅਤੇ ਹੁਣ ਜਿੱਦਾਂ ਜੇ ਆਪਾਂ ਐਂ ਲਾ ਲਈਏ ਵੀ ਆਹ ਗੁੱਚੀ ਗਾਚੀ ਛੱਡ ਗੋਲਡ ਨਾਲ ਤੁਲਾਂਗੇ, ਠੀਕ ਆ ਆਪਾਂ ਇਹਨੂੰ ਰਿਲੇਟ ਕਰ ਸਕਦੇ ਹਾਂ, ਪਰ ਥੋੜ੍ਹੀ ਵੱਡੀ ਗੱਲ ਲੱਗਦੀ ਆ ਗੋਲਡ 'ਚ ਤੁਲਣਾ, ਜ਼ਿਆਦਾ ਨਹੀਂ ਜੁੜਿਆ ਹੁੰਦਾ, ਮਤਲਬ ਆਪਾਂ ਕਹਿ ਸਕਦੇ ਕਿ ਹਾਸੇ ਠੱਠੇ ਇੰਜੋਏਮੈਂਟ ਇਹ ਤਾਂ ਇੰਟਰਟੇਨਮੈਂਟ ਆ ਬਾਈ ਜੀ, ਵੀ ਜਿੰਨਾ ਮਰਜ਼ੀ। ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਹੁੰਦੇ ਨੇ ਵੀ ਲੋਕ ਨਾ ਉਹ ਚਾਹੁੰਦੇ ਨੇ ਵੀ
ਲੈਰਿਕਸ ਉੱਦਾਂ ਦੇ ਹੋਣ ਜਾਂ ਫਿਰ ਬਹੁਤੀ ਫੁਕਰੀ ਵਾਲੇ ਗਾਣੇ ਨਾ ਹੋਣ, ਤੁਸੀਂ ਕੀ ਸੋਚਦੇ ਹੋ ਇਸ ਬਾਰੇ, ਤੁਹਾਡੀ ਕੀ ਧਾਰਨਾ ਵੀ ਤੁਸੀਂ, ਕਿਉਂਕਿ ਗਾਣੇ ਹੁੰਦੇ ਨੇ ਜਿਹੜੇ ਐਂਟਰਟੇਨਮੈਂਟ ਵਾਸਤੇ ਹੁੰਦੇ ਨੇ, ਕਿਉਂਕਿ ਹਰ ਕੋਈ ਨਾ ਅੱਜ ਕੱਲ੍ਹ ਜਿਹੜੀ ਓਡੀਅੰਸ ਹੈ ਉਹ ਕਹਿੰਦੇ ਵੀ ਗਾਣੇ ਸੁਣਨੇ ਆ, ਇੰਜੋਏ ਕਰਨੇ ਆ, ਠੀਕ ਹੈ, ਇੰਨੀ ਕੁ ਲੋਕਾਂ ਦੀ ਧਾਰਨਾ ਹੈਗਾ, ਤੁਹਾਡੀ ਇਸ ਬਾਰੇ ਕੀ ਧਾਰਨਾ, ਇਸ ਤੋਂ ਵੱਖਰੀ ਹੈ ਜਾਂ ਇਹੀ ਧਾਰਨਾ ਤੁਹਾਡੀ? ਬਾਈ ਦੇਖੋ, ਜੇ ਆਪਾਂ ਸੋਚੀਏ ਵੀ ਫੁਕਰੀ ਵਾਲੇ ਗਾਣੇ, ਫੁਕਰੀ ਵਾਲੇ ਗਾਣੇ ਵੀ ਦੇਖੋ ਬਾਈ ਕਰ ਹੀ ਲੈਣੇ ਚਾਹੀਦੇ, ਦੇਖੋ ਵੱਡੀ ਗੱਲ ਨਹੀਂ ਇਹਦੇ 'ਚ, ਠੀਕ ਆ, ਜਦੋਂ ਤੁਸੀਂ ਕੋਈ ਚੀਜ਼ ਚੱਲ ਰਹੀ ਆ ਫਲੋ ਦੇ ਨਾਲ ਤਾਂ ਉਹ ਚੀਜ਼ ਕਰ ਲੈਣੀ ਚਾਹੀਦੀ ਹੁੰਦੀ ਆ, ਕਿਉਂਕਿ ਜਿਹੜਾ ਜੇ ਆਪਾਂ ਐਂ ਸੋਚ ਲਈਏ ਬਾਈ ਵੀ ਇਹ ਚੀਜ਼ ਕਿਤੇ ਆਪਾਂ ਨੂੰ ਸੋਚੀਏ ਵੀ ਜਿੱਦਾਂ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਸੱਭਿਆਚਾਰ ਨੂੰ ਐਂ ਕਰਦੇ ਆ ਕਰਦੇ ਆ, ਵੀਰੇ ਇੱਕ ਗਾਣੇ ਨਾਲ ਕਿਹੜਾ ਸੱਭਿਆਚਾਰ ਦਾ ਫਿਰ ਉਹ ਹੋ ਜਾਂਦਾ, ਪਰ ਮੈਂ ਇਹ ਚੀਜ਼ ਕਹਿੰਦਾ ਕਿ ਇਸੇ ਨੂੰ ਵੀ ਆਪਾਂ ਸੱਭਿਆਚਾਰ ਜਿੱਦਾਂ ਇੱਦਾਂ ਨਾਲ ਵੀ, ਹੁਣ ਜਿਵੇਂ ਮੇਰਾ ਗਾਣਾ ਬਾਈ ਜੀ ਗੁੱਚੀ ਗਾਚੀ ਗਾਣਾ ਜੀ, ਪਹਿਲਾਂ ਗਾਣੇ ਹੁੰਦੇ ਸੀ ਲਹਿੰਗਾ ਹੋ ਗਿਆ, ਕੋਈ ਸੱਗੀ ਫੁੱਲ 'ਤੇ ਹੋ ਗਿਆ, ਕੋਈ ਕੁਛ ਹੋ ਗਿਆ, ਉਹ ਸੇਮ ਹੀ ਸਿਚੁਏਸ਼ਨ ਆ ਨਾ ਬਾਈ ਜੀ, ਹੁਣ ਕੁੜੀਆਂ ਨੇ ਵੀ ਤਾਂ ਆਪਦੀ ਉਹ ਬਦਲ ਲਈ ਆ, ਹੈ ਨਾ, ਉਹ ਗੁੱਚੀ ਗਾਚੀ ਦੌਰ ਬਦਲ ਗਿਆ, ਦੌਰ ਦੀਆਂ ਚੀਜ਼ਾਂ ਬਦਲ ਗਈਆਂ, ਚੀਜ਼ਾਂ ਬਦਲ ਗਈਆਂ ਬਾਈ ਜੀ, ਉਹ ਸੇਮ ਹੀ ਗੱਲ ਆ, ਬਾਕੀ ਮੈਂ ਇਹ ਚੀਜ਼ ਕਹਿੰਦਾ ਕਿ ਹਾਂ ਗਾਣੇ ਉਹ ਨਹੀਂ, ਮੈਂ ਆਪਦੀ ਕਹਿੰਦਾ, ਮੈਂ ਕਿਸੇ ਨੂੰ ਕਹਿਣ ਜੋਗਾ ਜੇ ਹੈ ਨਹੀਂ ਵੀਰੇ, ਨਾ ਮੈਂ ਕਹਿ ਸਕਦਾ ਕਿਸੇ ਨੂੰ, ਆਪਦੀ ਆਪਦੀ ਸੋਚ ਹੁੰਦੀ ਹੈ, ਮੈਂ ਇਹ ਗੱਲ ਕਹਿੰਦਾ ਕਿ ਠੀਕ ਆ ਫੁਕਰੀ ਵਾਲੇ ਗਾਣੇ ਕਰ ਲੈਣੇ ਚਾਹੀਦੇ ਆ, ਪਰ ਮੈਂ ਵਾਲੇ ਗਾਣੇ ਨਹੀਂ ਕਰਨੇ ਚਾਹੀਦੇ, ਮੈਂ ਕਰਨਾ, ਮੈਂ ਉਹ ਗਾਣਾ ਮੈਂ ਵੀ ਨਹੀਂ ਕਦੇ ਕਰਨਾ। ਅੱਛਾ, ਅਤੇ ਭਾਅ ਜੀ ਜਿਹੜੇ ਲਿਰਿਕਸ ਦੇ ਵਿੱਚ ਤੁਹਾਨੂੰ ਕਿਹੋ ਜਿਹੇ ਗਾਣੇ ਸੁਣਨੇ ਜ਼ਿਆਦਾ ਪਸੰਦ ਨੇ? ਮੈਨੂੰ ਵੀਰੇ ਜੇ ਸੱਚੀ ਦੱਸਾਂ ਤਾਂ ਮੈਨੂੰ ਸੈਡ ਸੌਂਗ ਜਾਂ ਰੋਮਾਂਟਿਕ ਗਾਣੇ ਸੁਣਨੇ ਬਹੁਤ ਵਧੀਆ ਲੱਗਦੇ ਆ, ਮੈਂ ਗਾਉਣੇ ਵੀ ਉਹੀ ਪਸੰਦ ਕਰਦਾ ਜ਼ਿਆਦਾ, ਵੀ ਮੈਨੂੰ ਇੱਦਾਂ ਹੁੰਦਾ ਕਿ ਮੈਂ ਉਹ ਗਾ ਸਕਦਾ ਅਤੇ ਮੈਨੂੰ ਦਿਲ ਨੂੰ ਵਧੀਆ ਲੱਗਦਾ। ਅੱਜ ਕੱਲ੍ਹ ਕਿਹੜਾ ਗਾਣਾ ਚੱਲ ਰਿਹਾ, ਕਿਉਂਕਿ ਹੁੰਦਾ ਨਾ ਵੀ ਆਪਣਾ ਥੋੜ੍ਹੇ ਦਿਨ ਵੀ ਗਾਣਾ ਚੱਲਦਾ ਵੀ, ਅੱਜ ਕੱਲ੍ਹ ਤਾਂ ਮੇਰਾ ਬੈਕ ਟੂ ਬੈਟਰ ਬੈਕ ਟੂ ਬੈਕ ਰਿਪੀਟ 'ਤੇ ਹੀ ਗਾਣਾ ਚੱਲ ਰਿਹਾ, ਅਤੇ ਤੁਹਾਡਾ ਕਿਹੜਾ ਗਾਣਾ ਚੱਲ ਰਿਹਾ? ਬੈਸਟ ਤਾਂ ਮੇਰੇ ਆਪਦੇ ਦੀਆਂ ਗਲਤੀਆਂ ਲੱਭੀ ਜਾਂਦੇ ਆ ਵੀ ਜਿੰਨੇ ਦੇਰ ਤੱਕ ਰਿਲੀਜ਼ ਨਹੀਂ ਹੁੰਦਾ ਬਸ ਸੁਣ ਆ ਜਾਣੀ ਅੱਧੇ ਘੰਟੇ ਤੱਕ ਵੀਡੀਓ, ਅਤੇ ਇਹੀ ਸੁਣਿਆ ਇਸ ਤਾਂ ਬਾਹਲਾ ਗਾਣਾ। ਬਾਕੀ ਇੱਕ ਪੈਨੀ ਵੀਰੇ ਦਾ ਗਾਣਾ ਹੈ ਕਰਨ ਵਾਲੇ ਬਾਈ ਨੇ ਲਿਖਿਆ ਗਾਣਾ, ਡਾਕਟਰ ਉਹ ਬਹੁਤ ਸੁਣਿਆ। ਅੱਛਾ, ਪਿਛਲੇ ਦਿਨੀ, ਅਤੇ ਬਾਕੀ ਤਾਂ ਆਪਦੇ ਚੱਲੀ ਜਾਂਦਾ ਵੀਰੇ, ਤਾਂ ਇਸ 'ਚ ਗਲਤੀਆਂ ਲੱਭਦੇ ਆ ਵੀ ਇਸ ਵਾਰੀ ਜਿਹੜੀਆਂ ਹੋ ਗਈਆਂ ਉਹ ਅੱਗੇ ਨਹੀਂ ਕਰਨੀਆਂ। ਕਿਆ ਬਾਤ ਹੈ ਭਾਈ, ਮਤਲਬ ਆਪਣੇ ਕੀਤੇ ਹੋਏ ਕੰਮ ਤੋਂ ਸਿੱਖਣ ਦੀ ਤੁਸੀਂ ਇੱਕ ਚਾਹਨਾ ਰੱਖਦੇ ਹੋ ਵੀ ਮੈਂ ਆਪਣੇ ਕੀਤੇ ਹੋਏ ਕੰਮ ਤੋਂ ਜ਼ਰੂਰ ਸਿੱਖਾਂ? ਹਾਂਜੀ ਹਾਂ ਬਿਲਕੁਲ ਬਾਈ, ਇਹ ਤਾਂ ਹੋਣੀ ਵੀ ਚਾਹੀਦੀ ਆ, ਮੈਂ ਸਮਾਂ ਦੀ, ਚਲੋ ਫਿਰ ਵੀ ਮੈਨੂੰ ਬਹੁਤ ਹੌਂਸਲਾ ਹੋਇਆ ਵੱਡੇ ਭਰਾਵਾਂ ਦਾ, ਐਮੀ ਹੋਣਾ ਦਾ ਜਾਂ ਜੱਗੀ ਬਾਈ ਹੋਣੀ ਨੇ ਜਿਹੜੇ ਸਾਰਿਆਂ ਦਾ, ਬਹੁਤ ਹੌਂਸਲਾ ਆ ਕੇ ਉਹਨਾਂ ਤੋਂ ਮੈਂ ਪੁੱਛ ਕੇ ਕਰਦਾ ਕੰਮ। ਅੱਛਾ, ਅਤੇ ਪਰ ਫਿਰ ਵੀ ਡਰ ਤਾਂ ਲੱਗਦਾ ਹੀ ਆ ਕਿ ਅਗਲੀ ਵਾਰੀ ਠੀਕ ਕਰ ਲਾਂਗੇ। ਭਾਅ ਜੀ ਹੁਣ ਤੁਸੀਂ ਟੂਰ ਜਾ ਕੇ ਆਏ ਹੋ, ਬਹੁਤ ਵਧੀਆ ਤਜਰਬਾ ਸੀਗਾ ਵੀਰੇ ਟੂਰ ਦਾ, ਉੱਥੇ ਵੀਰੇ ਦੀ ਫਿਲਮ ਚੱਲਦੀ ਆ ਅਤੇ ਮੈਂ ਵੈਸੇ ਬਾਈ ਦੇ ਨਾਲ ਗਿਆ ਸੀਗਾ, ਕਿਉਂਕਿ ਅਸੀਂ ਇਕੱਠੇ ਹੀ ਰਹਿੰਦੇ ਹਾਂ ਜ਼ਿਆਦਾਤਰ, ਇੱਥੇ ਵੀ ਫਿਲਮਾਂ ਸ਼ੂਟ ਹੁੰਦੀਆਂ ਤਾਂ ਇੱਥੇ ਵੀ ਇਕੱਠੇ ਰਹਿੰਦੇ ਹਾਂ। ਤੁਹਾਡੇ ਸਨੈਪਚੈਟ 'ਤੇ ਤੁਹਾਨੂੰ ਦੇਖਦੇ ਹਾਂ, ਇਕੱਠੇ ਹੁੰਦੇ ਹੋ ਤੁਸੀਂ? ਹਾਂਜੀ ਹਾਂਜੀ ਆਲਮੋਸਟ ਅਸੀਂ ਇਕੱਠੇ ਹੁੰਦੇ ਹਾਂ ਵੀਰੇ, ਉਹ ਹੁਣ ਬਸ ਥੋੜ੍ਹਾ ਬਿਜ਼ੀ ਆ ਫਿਲਮ ਕਰਕੇ ਆ ਜਾਣਾ ਵੀਰੇ ਨੇ ਵੀ, ਫਿਰ ਇਕੱਠੇ ਹੁੰਦੇ ਸਰ। ਅੱਛਾ, ਅਤੇ ਭਾਅ ਕੋਈ ਇਹੋ ਜਿਹੀ ਚੀਜ਼ ਮੂਵਮੈਂਟ ਜਿਹੜੀ ਤੁਹਾਨੂੰ ਲੱਗਦੀ ਹੈ ਵੀ ਐਮੀ ਬਾਈ ਨਾਲ ਮੇਰੀ ਬਹੁਤ ਦਿਲੀ ਸਾਂਝ ਹੈ, ਉਸ ਮੂਵਮੈਂਟ ਕਰਕੇ ਜੇ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ, ਕੋਈ ਹੈ ਭਾਅ ਜੀ ਇਹੋ ਜਿਹੀ? ਬਾ ਵੀਰੇ ਉਹ ਯਾਰੀ ਦੋਸਤੀ ਹੋਈ ਆ, ਜਿਹੜਾ ਪਿਆਰ ਬਣਿਆ ਆਪਸ ਵਿੱਚ ਪਿਛਲੇ 8-10 ਸਾਲਾਂ ਤੋਂ, ਸ਼ਾਇਦ ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ ਤਾਂ ਬਣਿਆ ਵੀਰੇ, ਅਤੇ ਐਂ ਵੀ ਨਹੀਂ ਵੀ ਅਸੀਂ ਦੋਵੇਂ ਜਾਣਦੇ ਹਾਂ, ਸਾਡੇ ਪਰਿਵਾਰ ਜਾਣਦੇ ਨੇ ਇੱਕ ਦੂਜੇ ਨੂੰ, ਮੈਂ ਐਵੀ ਕੇ ਘਰੇ ਚੱਲ ਜਾਂ ਜਾਂ ਵੀਰਾ ਜਾਵੇ ਕਿਤੇ ਵੀ ਮਿਲੇ ਇੱਕ ਦੂਜੇ ਨੂੰ, ਤਾਂ ਉਸ ਚੀਜ਼ 'ਚ ਕੋਈ ਫਰਕ ਨਹੀਂ ਆ ਸਾਨੂੰ ਆਪਸ ਮੇਂ। ਅਤੇ ਐਮੀ ਬਾਈ ਦਾ ਵੱਡੇ ਬ੍ਰਦਰ ਨੇ ਭਗਵੰਤ ਵੀਰਾ, ਉਹ ਮੈਨੂੰ ਹਮੇਸ਼ਾ ਹੀ ਆਪਦੇ ਛੋਟੇ ਭਰਾ ਨੂੰ ਟ੍ਰੀਟ ਕਰਦਾ ਜਿੱਦਾਂ ਐਮੀ ਬਾਈ ਨੂੰ ਕਰਦਾ, ਤਾਂ ਵਧੀਆ ਲੱਗਦੀ ਹੈ, ਪਿਆਰ ਬਣਿਆ ਮੇਰੇ ਆਪ। ਕਈ ਵਾਰੀ ਹੁੰਦਾ ਨਾ ਆਪਣੀ, ਕਈ ਵਾਰੀ ਸੋਚ ਨਹੀਂ ਮਿਲਦੀ ਹੈ, ਤਕਰਾਰ ਹੋ ਜਾਂਦਾ ਯਾਰੀ ਦੋਸਤੀ ਦੇ ਵਿੱਚ, ਤਾਂ ਵੀ ਹੁੰਦੀ ਹੈ ਗੱਲ ਭਾਜੀ ਇਹ ਗੱਲ ਨਹੀਂ, ਨਹੀਂ ਮੈਨੂੰ ਗੱਲ ਤੁਹਾਡੀ ਚੱਚੀ ਨਹੀਂ, ਜਿੱਦਾਂ ਹੁਣ ਆਪਾਂ ਇੰਟਰਵਿਊ ਕਰ ਰਹੇ ਜਾਂ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਤਾਂ ਆਪਾਂ ਕਹਿੰਦੇ ਭਾਜੀ ਮੈਨੂੰ ਇਹ ਗੱਲ ਤੁਹਾਡੀ ਚੰਗੀ ਨਹੀਂ ਲੱਗੀ, ਅਤੇ ਐਮੀ ਵਿਰਕ ਨੂੰ ਹੁੰਦਾ ਭਾਜੀ ਵੀ ਕਿਤੇ ਯਾਰ ਤੁਹਾਨੂੰ ਲੱਗਦਾ ਹੋਵੇ ਵੀ ਭਾਈ ਨਹੀਂ ਤੁਹਾਡੀ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ। ਬਹੁਤ ਰਹੀ ਹੁੰਦਾ ਵੀਰੇ ਜਦੋਂ ਗਾਣਾ, ਓਬਵੀਅਸ ਮੈਂ ਤਾਂ ਚਲੋ ਗਾਣੇ ਬਹੁਤ ਘੱਟ ਕੀਤੇ ਆ, ਵੀਰੇ ਨੇ ਬਹੁਤ ਜ਼ਿਆਦਾ ਗਾਣੇ ਕੀਤੇ ਆ, ਤਾਂ ਅਸੀਂ ਹਮੇਸ਼ਾ ਐਮੀ ਬਾਈ ਦੇ ਗਾਣੇ ਦੀ ਸਿਲੈਕਸ਼ਨ ਵੀ ਉਹ ਐਂ ਨਹੀਂ ਕਦੇ ਵੀ ਹੁੰਦਾ ਵੀ ਇਕੱਲੇ ਬਹਿ ਕੇ ਕਰ ਲੈਂਦਾ ਜਾਂ ਕੁਛ ਵੀ ਆ, ਹਮੇਸ਼ਾ ਯਾਰੀ ਦੋਸਤੀ 'ਚ ਸੁਣਾ ਕੇ ਜਾਂ ਈਵਨ ਕਿ ਇਕੱਲੇ ਇਕੱਲੇ ਬੰਦੇ ਨੂੰ ਸੁਣਾ ਕੇ ਜਿਹੜੇ ਅਸੀਂ ਨਾਲ ਰਹਿੰਦੇ ਹਾਂ, ਅਤੇ ਫਿਰ ਗਾਣਾ ਕਰਦਾ ਅਤੇ ਵਧੀਆ ਲੱਗਦਾ। ਜੇ ਨਹੀਂ ਵਧੀਆ ਲੱਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਜਣਾ ਵੀ ਕਹਿ ਦੇ ਵੀ ਹਾਂ ਮੈਨੂੰ ਵਧੀਆ ਨਹੀਂ ਲੱਗਿਆ, ਤਾਂ ਸ਼ਾਇਦ ਮੇਰਾ ਗਾਣਾ ਨਹੀਂ ਕਰਦਾ।
ਭਾਜੀ ਜਦੋਂ ਮੈਂ ਤੁਹਾਡੇ ਜੋ ਤੁਹਾਡੇ ਪਿੱਛੋਂ ਝਾਤ ਮਾਰ ਲਿਆ ਤੁਹਾਨੂੰ, ਜੇ ਤੁਸੀਂ ਹੁਣ ਜਿੱਥੇ ਤੱਕ ਆਪਣੇ ਸੋਚਾਂ ਦੇ ਵਿੱਚ ਜਾਓ ਤੇ ਤੁਸੀਂ ਪਹਿਲੀ ਵਾਰੀ ਗਾਣਾ ਕਿੱਥੇ ਗਾਇਆ ਸੀਗਾ, ਕੁਛ ਯਾਦ ਆਉਂਦਾ ਅੱਜ? ਨਹੀਂ ਮੈਂ ਪਹਿਲੀ ਵਾਰੀ ਉੱਥੇ ਗਾਇਆ ਮੈਂ ਵੀਰੇ, ਪਹਿਲਾਂ ਦੱਸ ਕੇ ਟਾਈਮ ਮੈਨੂੰ ਬੜਾ ਪੁਰਾਣਾ ਸ਼ੌਂਕ ਨਹੀਂਗਾ ਗਾਉਣ ਦਾ ਤੇ ਮੈਨੂੰ ਹੁਣੇ ਉੱਠਿਆ ਜੇ ਨਵਾਂ ਨਵਾਂ, ਪਰ ਮੈਂ ਐਂ ਹੋ ਸਕਦਾ ਵੀ ਹਾਂ ਗਾਣਾ ਆਪਦੇ ਯਾਰਾਂ ਬੇਲੀਆਂ 'ਚ ਗਾਇਆ ਹੋਊਗਾ ਕਿਤੇ, ਮੈਨੂੰ ਯਾਦ ਨਹੀਂ, ਕਿਉਂਕਿ ਮੈਂ ਕਦੇ ਵੀ, ਮੈਂ ਤੁਹਾਨੂੰ ਦੱਸ ਕੇ ਟਾਈਮ ਭੰਗੜੇ ਦਾ ਬਹੁਤ ਸ਼ੌਂਕ ਸੀ ਵੀਰੇ, ਸਟੇਜਾਂ 'ਤੇ ਮੈਂ ਜ਼ਿਆਦਾ ਭੰਗੜਾ ਹੀ ਕੀਤਾ, ਗਾਇਆ ਨਹੀਂਗਾ, ਸ਼ੁਰੂਆਤ ਹੀ ਕੀਤੀ ਹੈ। ਯੂਨੀਵਰਸਿਟੀ ਸਾਡਾ ਉਹ ਹੋਇਆ ਸੀਗਾ ਯੂਥ ਫੈਸਟੀਵਲ, ਤਾਂ ਆਬਵੀਅਸ ਯੂਨੀਵਰਸਿਟੀ 'ਚ ਸਾਰੀ ਕਰੀਮ ਆਉਂਦੀ ਫਿਰ ਭੰਗੜੇ ਦੀ, ਤੇ ਯੂਨੀਵਰਸਿਟੀ ਤੋਂ ਅਸੀਂ ਬੈਕ ਰਹੇ ਸੀ, ਬਾਕੀ ਅਸੀਂ ਸਭ ਸੈੱਟ ਕਰ ਲਿਆ ਸੀ ਮੋਦੀ ਕਾਲਜ। ਮਤਲਬ ਵਧੀਆ ਤੁਸੀਂ ਭੰਗੜ 'ਚ ਹੀ ਰਹੇ ਹੋ? ਹਾਂਜੀ ਬਾਈ, ਮੈਨੂੰ ਵਧੀਆ ਲੱਗਦਾ ਭੰਗੜਾ ਪਾਉਣਾ, ਕੁਛ ਹੁਣ ਸ਼ਾਇਦ ਸਰੀਰ ਸਰੂਰ ਹੋਏ ਜੇ ਨਹੀਂ, ਮਤਲਬ ਇੱਦਾਂ ਲੱਗਦਾ ਕਿ ਅਨਫਿਟ ਹੋ ਗਿਆ ਮੈਂ, ਪਰ ਭੰਗੜੇ ਵਾਲੇ ਮੁੰਡੇ ਦਾ ਸਭ ਤੋਂ ਵੱਡੀ ਇਹ ਗੱਲ ਹੁੰਦੀ ਕਿ ਫਿੱਟ ਹੁੰਦਾ, ਸਟੈਮਿਨਾ ਹੁੰਦਾ, ਬਿਲਕੁਲ ਬਹੁਤ ਸਟੈਮਿਨਾ ਹੁੰਦਾ ਵੀਰੇ, 10 ਮਿੰਟ ਨੱਚਣਾ ਯਾਰ ਯੂਥ ਫੈਸਟੀਵਲ 'ਚ। ਕੀ ਬਾਤ ਹੈ ਭਾਈ, ਭਾਜੀ ਭੰਗੜੇ ਦੇ ਵਿੱਚ ਨਾ ਬੋਲੀਆਂ ਦੀ ਅਹਿਮ ਹੁੰਦਾ ਵੀ, ਜਦੋਂ ਤੁਸੀਂ ਭੰਗੜਾ ਕਰਦੇ ਹੁੰਦੇ ਨਾ ਭੰਗੜੇ ਦੇ ਵਿੱਚੋਂ ਨਾ ਬਹੁਤ ਸਾਰੇ ਕਲਾਕਾਰ ਉੱਠਦੇ ਨੇ, ਜਿੱਦਾਂ ਯੂਥ ਫੈਸਟੀਵਲਾਂ ਦੀ ਗੱਲ ਕਰਦੇ ਹਾਂ, ਅਤੇ ਕੋਈ ਬੋਲੀ ਬੋਲੀ ਯਾਦ ਹੁੰਦੀ ਹੈ ਜਾਂ ਤੁਸੀਂ ਕਈ ਵਾਰੀ ਆਪਾਂ ਹੁੰਦਾ ਵੀ ਪ੍ਰੋਫੈਸ਼ਨਲੀ ਆਪਾਂ ਬੋਲੀ ਨਹੀਂ ਪਾਉਂਦੇ, ਪਰ ਜਦੋਂ ਆਪਾਂ ਨੱਚਦੇ ਹੁੰਦੇ ਹਾਂ ਤਾਂ ਆਪਣੇ ਅੰਦਰੋਂ ਹੀ ਬੋਲੀ ਨਿਕਲਦੀ ਆ, ਕੋਈ ਯਾਦ ਹੁੰਦੀ ਹੈ ਭਾਜੀ ਅੱਜ ਵੀ? ਵੀਰੇ ਜਿਹੜਾ ਯੂਥ ਫੈਸਟੀਵਲ ਦਾ ਭੰਗੜਾ ਹੁੰਦਾ ਉਹ ਬੋਲੀਆਂ ਅੱਟ ਪੈਂਦੀਆਂ, ਬਾਕੀ ਨੱਚਣ ਦਾ ਹੀ ਹੁੰਦਾ, ਪਰ ਮੈਂ ਸੋਰੀ ਸਕੂਲ 'ਚ ਜ਼ਰੂਰ ਕਰਦੇ ਹੁੰਦੇ ਸੀ ਅਸੀਂ ਗਾਣਿਆਂ 'ਤੇ ਭੰਗੜੇ ਪਾ ਲੈਂਦੇ ਹੁੰਦੇ ਸੀਗੇ, ਤਾਂ ਉਹ ਵਧੀਆ ਲੱਗਦਾ ਹੁੰਦਾ ਸੀ, ਉਹ ਗਾਣਿਆਂ 'ਤੇ ਕਰਦੇ ਸੀ, ਮੈਨੂੰ ਲੱਗਦਾ ਨਹੀਂ ਵੀਰੇ ਮੈਨੂੰ ਯਾਰ, ਕਿਉਂਕਿ ਵੀਰੇ ਟੱਚ ਜਿਹਾ ਟੁੱਟੇ ਨੂੰ ਕਾਫੀ ਟਾਈਮ ਹੋ ਗਿਆ ਸ਼ਾਇਦ, ਤਾਂ ਯਾਰ ਨੂੰ। ਸੋ ਭਾਜੀ ਗਾਣੇ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਹੁਣ ਗਾਣੇ ਦਾ ਮਾਹੌਲ ਬਣਿਆ ਹੋਇਆ, ਕੋਈ ਵੀ ਕਿਸੇ ਗਾਣੇ ਦੀ ਲਾਈਨਾਂ ਹੋ ਜਾਣ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਵੀ ਮੈਂ ਸੁਣਾਉਣਾ ਚਾਹੁੰਦਾ, ਜੇ ਤੁਹਾਡੇ ਦਿਲ ਦੇ ਨੇੜੇ ਹੋ। ਮੈਨੂੰ ਵੀਰੇ ਗਾਣੇ ਸੁਣਨਾ ਬਹੁਤ ਵਧੀਆ ਲੱਗਦਾ ਅਤੇ, ਪਰ ਗਾਉਣ ਦਾ ਮੈਨੂੰ ਹੁਣ ਨਵਾਂ ਨਵਾਂ ਸ਼ੌਂਕ ਜਿਹਾ ਆਇਆ ਅਤੇ ਮੈਂ ਗਾ ਲੈਂਦਾ ਹੁੰਦਾ, ਅਤੇ ਬਾਕੀ ਮੈਨੂੰ ਵੀਰੇ ਐਮੀ ਬਾਈ ਦੇ ਗਾਣੇ ਵੀ ਬਹੁਤ ਵਧੀਆ ਲੱਗਦੇ ਆ, ਅਤੇ ਬਾਕੀ ਮੈਨੂੰ ਨਾ ਇੱਕ ਗਾਣਾ ਵਧੀਆ ਲੱਗਦਾ ਹਸ਼ਰ ਫਿਲਮ ਦਾ, ਇੱਕ ਗਾਣਾ ਸੀਗਾ ਉਹ ਮੈਂ ਤੁਹਾਨੂੰ ਸੁਣਾ ਦਿੰਦਾ, ਜੇ ਮੈਂ ਦੱਸਿਆ ਮੈਨੂੰ ਸੈਡ ਗਾਣੇ ਬਾਹਲੇ ਪਸੰਦ ਆ, ਕੁਝ ਕੁ ਪਲਾਂ ਦੀਆਂ ਦੇ ਕੇ ਖੁਸ਼ੀਆਂ, ਕੈਸਾ ਮੈਨੂੰ ਠੱਕਿਆ ਏ ਦੁੱਖੜੇ ਦੇਣ ਲਈ ਜ਼ਿੰਦਗੀ ਨੂੰ, ਦੁੱਖੜੇ ਦੇਣ ਲਈ ਜ਼ਿੰਦਗੀ ਨੂੰ, ਬਸ ਮੇਰਾ ਹੀ ਕਰ ਲੱਭਿਆ ਏ ਕੁਝ ਕੁ ਪਲਾਂ ਦੀਆਂ ਦੇ ਕੇ ਖੁਸ਼ੀਆਂ, ਐਸਾ ਮੈਨੂੰ ਠੱਕਿਆ ਏ। ਕਿਆ ਹੀ ਬਾਤਾਂ ਭਾਜੀ, ਕਿਆ ਹੀ ਬਾਤਾਂ ਨੇ, ਵਾਹ। ਪਰ ਫਿਰ ਤੁਸੀਂ ਜੇ ਸੈਡ ਸੌਂਗ ਦੀ ਗੱਲ ਕੀਤੀ, ਨੁਸਰਤ ਫਤਿਹ ਅਲੀ ਖਾਨ ਦਾ ਜ਼ਰੂਰ ਸੁਣਿਆ ਹੋਗਾ ਭਾਈ ਤੁਸੀਂ? ਮੈਂ ਵੀਰੇ ਸੁਣਿਆ, ਪਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਨਾ ਵੀ ਮੈਂ ਮਤਲਬ ਸਿੱਖਿਆ ਨਹੀਂ ਸ਼ਾਇਦ, ਤਾਂ ਕਰਕੇ ਮੈਨੂੰ ਉੱਦਾਂ ਦੇ ਗਾਣੇ, ਮੈਂ ਸਿੱਧੇ ਸਿੱਧੇ ਗਾਣੇ ਜੇ ਸੁਣਦਾ ਵੀਰੇ। ਅੱਛਾ, ਸੋ ਭਾਜੀ ਜਿਹੜੀ ਆਡੀਅੰਸ ਹੁਣ ਤੁਹਾਨੂੰ ਦੇਖ ਰਹੀ ਹੈ, ਤੁਹਾਡਾ ਨਵਾਂ ਗਾਣਾ ਆ ਰਿਹਾ, ਅਤੇ ਉਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਅਪੀਲ ਦੇਣਾ ਚਾਹੋਗੇ? ਬਸ ਵੀਰੇ ਉਹਦੇ ਲਈ ਤਾਂ ਇਹੀ ਅਪੀਲ ਆ ਬਾਈ ਜੀ ਕਿ ਗਾਣਾ ਸੁਣਿਓ ਅਤੇ ਪੂਰਾ ਗਾਣਾ ਦੇਖਿਓ ਇੱਕ ਵਾਰੀ, ਫਿਰ ਸਾਨੂੰ ਦੱਸਿਓ ਤੁਹਾਨੂੰ ਗਾਣਾ ਕਿਵੇਂ ਲੱਗਿਆ, ਵਧੀਆ ਲੱਗਿਆ ਤਾਂ ਵੀ ਦੱਸ ਦਿਓ, ਨਹੀਂ ਵਧੀਆ ਲੱਗਿਆ ਤਾਂ ਵੀ ਦੱਸ ਦਿਓ, ਕਮੈਂਟ ਕਰ ਦਿਓ ਕਿ ਅਸੀਂ ਅੱਗੇ ਤੋਂ ਵਧੀਆ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਥੈਂਕ ਯੂ ਸੋ ਮੱਚ ਬਾਈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਟਾਈਮ ਕੱਢਿਆ, ਥੈਂਕ ਯੂ ਸੋ ਮਚ ਬਾਈ, ਤੁਸੀਂ ਸਾਨੂੰ ਟਾਈਮ ਦਿੱਤਾ, ਅਸੀਂ ਤੁਹਾਨੂੰ ਤੁਹਾਡਾ ਥੈਂਕ ਯੂ ਕਰਨਾ ਚਾਹੁੰਦੇ ਹਾਂ, ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਮਿਲਿਆ, ਅਤੇ ਤੁਹਾਡਾ ਗਾਣਾ ਅਸੀਂ ਚਾਹੁੰਦੇ ਵੀ ਹੋਰ ਹਿੱਟ ਹੋਵੇ, ਅਸੀਂ ਆਸ ਕਰਦੇ ਹਾਂ ਕਿ ਗਾਣਾ ਬਹੁਤ ਤਰੱਕੀਆਂ ਕਰੇ, ਅਤੇ ਅਸੀਂ ਤੁਹਾਡੇ ਨਾਲ ਫਿਰ ਇੰਟਰਵਿਊ ਕਰੀਏ। ਥੈਂਕ ਯੂ ਬਾਈ, ਥੈਂਕ ਯੂ ਸੋ ਮੋਸਟ। ਸੋ ਤੁਸੀਂ ਦੇਖ ਰਹੇ ਸੀਗੇ ਪੰਜਾਬੀ ਮੇਨੀਆ, ਅਤੇ ਅੱਜ ਸਾਡੇ ਨਾਲ ਸੀ ਦਿਲਰਾਜ ਪੁੱਲਰ ਹੋਣੀ, ਜਿਨ੍ਹਾਂ ਦਾ ਨਵਾਂ ਗਾਣਾ ਆ ਰਿਹਾ ਜੀ ਗੁੱਚੀ ਗਾਚੀ। ਸੋ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।